ਕੇਂਦਰੀ ਖੇਡ ਅਤੇ ਯੁਵਾ ਮਾਮਲੇ ਬਾਰੇ ਮੰਤਰੀ ਅਨਵਕ ਸਿੰਘ ਠਾਕੁਰ ਨੇ ਨੀਤਾਜੀ ਸੁਭਾਸ਼ ਚੰਦਰ ਬੋਸ ਕੌਮੀ ਖੇਡ ਸੰਸਥਾਨ ਪਟਿਆਲਾ ਦੇ ਕਾਠਵੇਂ ਸਥਾਪਨਾ ਦਿਵਸ ਸਮਾਰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਿੱਸਾ ਲਿਆ। ਸਪੋਰਟਸ ਅਥਾਰਟੀ ਆਫ ਇੰਡੀਆ ਦੇ ਇਸ ਖੇਡ ਸੰਸਥਾਨ ਚ ਉਹਨਾਂ ਦੋ ਪ੍ਰੋਜੈਕਟਾਂ ਦਾ ਨਿਪਟਾਰਾ ਰੱਖਿਆ। ਇਹ ਪ੍ਰੋਜੈਕਟ ਆਧੁਨਿਕੀਕਰਨ ਦਾ ਇੱਕ ਹਿੱਸਾ ਹੈ ਜਿਸ ਤੇ ਕੇਂਦਰ ਸਰਕਾਰ 3 ਸਾਲਾਂ ਵਿੱਚ 150 ਕਰੋੜ ਰੁਪਏ ਖਰਚ ਕਰ ਰਹੀ ਹੈ। ਪਹਿਲੇ ਪ੍ਰੋਜੈਕਟ ਤਹਿਤ ਡਿਪਲੋਮਾ ਤਾਰਕਾਂ ਦੀ ਸਿੱਖਿਆ ਲਈ ਆਧੁਨਿਕ ਸਹੂਲਤਾਂ ਵਾਲੀ ਖੇਡ ਵਿਗਿਆਨ ਲੈਬਾਰਟਰੀ ਸਮੇਤ ਸਟਰੈਂਥ ਅਤੇ ਕੰਡੀਸ਼ਨਿੰਗ ਹਾਲ ਬਣਾਇਆ ਜਾ ਰਿਹਾ ਹੈ ਨਵੇਂ ਬੁਨਿਆਦੀ ਟਾਂਚੇ 'ਚ ਇੱਕ ਇੰਡੋਰ ਤਿੰਨ ਲਾਈਨਾਂ ਵਾਲੇ ਟਰੈਕ ਅਤੇ ਖਿਡਾਰੀਆਂ ਦੀ ਫਿਟਨੈਸ ਅਤੇ ਪ੍ਰੈਕਟਿਸ ਤੋਂ ਬਾਅਦ ਦੀ ਰਿਕਵਰੀ ਲਈ ਜਿਮ ਵੀ ਉਸਾਰਿਆ ਜਾ ਰਿਹਾ ਹੈ ਇਸ ਹਾਲ ਵਿੱਚ ਇਕੋ ਵੇਲੇ 150 ਐਥਲੀਟਾਂ ਦੇ ਠਹਿਰਨ ਦੀ ਸਮਰੱਥਾ ਹੋਵੇਗੀ ਜਿਹੜੀ ਦੇਸ਼ ਵਿੱਚ ਆਪਣੀ ਕਿਸਮ ਦੀ ਸਭ ਤੋਂ ਵੱਡੀ ਸਹੂਲਤ ਹੋਵੇਗੀ ਦੂਜੇ ਪਾਸੇ ਵਿੱਚ ਇੱਕ ਪੂਰੀ ਤਰ੍ਹਾਂ ਦੇ ਨਾਲ ਮੌਸਮ ਅਨੁਕੂਲ ਰਸੋਈ ਜਿਸ ਵਿੱਚ 2000 ਲੋਕਾਂ ਲਈ ਭੋਜਨ ਤਿਆਰ ਕੀਤਾ ਜਾ ਸਕੇਗਾ ਸਮੇਤ 400 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ ਫੂਡ ਕੋਰਟ ਦੀ ਉਸਾਰੀ ਵੀ ਸ਼ਾਮਲ ਹੈ ਇਸ ਕੈਂਪਸ ਵਿੱਚ ਦੋ ਹੋਸਟਲਾਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ ਜਿਸ ਨਾਲ ਹੋਸਟਲ ਦੀ ਸਮਰੱਥਾ ਵਿੱਚ 450 ਤੋਂ ਵੱਧੂ ਖਿਡਾਰੀ ਇੱਥੇ ਠਹਿਰ ਸਕਣਗੇ ਕੇਂਦਰੀ ਮੰਤਰੀ ਨੇ ਖਿਡਾਰੀਆਂ ਕੋਚਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀ ਮਨ ਦੀ ਬਾਤ ਸੁਣੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਖੇਡ ਮੁਕਾਬਲੇਆਂ ਦੌਰਾਨ ਆਪਣਾ ਹੋਰ ਵੀ ਚੰਗੇਰਾ ਪ੍ਰਦਰਸ਼ਨ ਕਰਨ ਦੀ ਹਿਦਾਇਤ ਦਿੱਤੀ ਅਨਵਕਸਿੰਘ ਠਾਕੁਰ ਨੇ 268 ਏਕੜ ਵਿੱਚ ਫੈਲੇ ਕੌਮੀ ਗੇਂਦ ਸੰਸਥਾਨ ਦੇ ਕੁਝ ਹਿੱਸਿਆਂ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਮੁੱਖਿਆਬੀ ਹਾਲ ਦਾ ਵੀ ਜਾਇਜ਼ਾ ਲਿਆ ਜਿਸ ਦਾ ਪਿਛਲੇ ਸਮੇਂ ਹੀ ਦੌਰਾਨ ਆਦੂਨ ਕੀ ਕਰਨ ਕੀਤਾ ਗਿਆ ਮਗਰੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਐਨ ਆਈ ਐਸ ਪਟਿਆਲਾ ਪਾਰਾਤ ਦਾ ਪ੍ਰਮੁੱਖ ਖੇਡ ਸੰਸਥਾਨ ਹੈ ਜਿਸ ਦੇ 50ਵੇਂ ਸਥਾਪਨਾ ਦਿਵਸ ਤੇ ਸ਼ੁਰੂ ਕੀਤੇ ਜਾ ਰਹੇ ਇਹ ਪ੍ਰੋਜੈਕਟ ਖਿਡਾਰੀਆਂ ਲਈ ਇੱਕ ਤੋਹਫਾ ਹੈ। ਉਨ੍ਹਾਂ ਕਿਹਾ ਕਿ ਹਰ ਖਿਡਾਰੀ ਦੀ ਚੰਗੀ ਅਤੇ ਸਵੱਛ ਖੁਰਾਕ, ਫਿਟਨੈਸ ਅਤੇ ਸਿਹਤਿਆਭੀ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੇ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸੰਸਥਾਨ ਦਾ ਪੜਾਵਾ ਟਾਂਗ ਨਾਲ ਆਤ ਆਧੁਨਿਕ ਕਰਨ ਕੀਤਾ ਜਾ ਰਹੀ ਹੈ। ਮਜੂਦਾ ਪ੍ਰੋਜੈਕਟ ਵੀ 22-23 ਲਈ ਨਿਰਧਾਰਿਤ ਕੀਤੀਆਂ ਗਈਆਂ 13 ਬੁਨਿਆਦੀ ਟਾਂਚੇ ਪ੍ਰੋਜੈਕਟਾਂ ਵਿੱਚ ਸ਼ਾਮਲ ਨੇ ਉਹਨਾਂ ਦੱਸਿਆ ਕਿ 2014 ਤੋਂ 2021 ਤੱਕ ਸੰਸਥਾਨ ਦੇ ਆਧੁਨਿਕੀਕਰਨ ਲਈ ਕਈ ਪ੍ਰੋਜੈਕਟ ਲਾਂਚ ਕੀਤੇ ਜਾ ਚੁੱਕੇ ਨੇ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਅਜੇ ਹੀ ਉਪਰਾਲੇ ਕਰ ਰਿਹਾ ਹੈ ਜਿਸ ਨਾਲ ਖਿਡਾਰੀਆਂ ਨੂੰ ਓਲੁੜਿੰਦੀਆਂ ਸਹੂਲਤਾਂ ਮਿਲ ਸਕਣ ਜਿਹੜੀਆਂ ਉਹਨਾਂ ਨੂੰ ਚੰਗੀ ਸਿੱਖਲਾਈ ਦੇਣ ਤੇ ਉਹਨਾਂ ਨੂੰ ਖੇਡ ਉਤਮਤਾ ਹਾਸਲ ਕਰਨ ਲਈ ਲੋੜਿੰਦੀਆਂ ਨੇ ਖੇਲੋ ਇੰਡੀਆ ਅਕੈਡਮੀਆਂ ਬਣਾਈ ਜਾ ਰਹੀਆਂ ਕੋਈ ਪૂર્વ ਖਿਡਾਰੀ ਵੀ ਅਗਰ ਆਪਣੀ ਅਕੈਡਮੀ ਸ਼ੁਰੂ ਕਰਨਾ ਚਾਹਤਾ ਹੈ ਤਾਂ ਉਸਕੋ ਵੀ ਹਮ 5 ਲੱਖ ਰੁਪਏ ਦਿੱਤੇ ਹੈ साल का कि वो अपनी शुरू कर सके उसको रोजगार भी मिलेगा खिलाड़ियों को कोच भी मिलेगा इसी तरह से ही राज्य के कुछ ट्रेनिंग सेंटर थे जो राज्य नहीं चला पा रहा था उनको भी हमने चलाया कुछ अपने सेंटर थे उनको भी अपग्रेड करने का हमने काम किया खेलो इंडिया यूनिवर्सिटी गेम्स हाल ही में बेंगलुरु में हुई बहुत सफल हुई तीन खिलाड़ी देश भर से आए दो यूनिवर्सिटी से आए और मैं तो ये कहूँगा पंजाब की अगर तीन यूनिवर्सिटीज की बात की जाए लवली प्रोफेशनल यूनिवर्सिटी पंजाब यूनिवर्सिटी पंजाबी यूनिवर्सिटी सबसे बड़ा चंक अगर मेडल्स का जीता तो इन लोगों ने जीता